ਯਾਰ ਕਿੰਨਾ ਗੰਦਾ ਹੋਇਆ ਵਾ ਇਹਨੂੰ ਚਾਰ ਹੀਗੇ ਤੇ ਦੋ ਪਤਾ ਨਹੀਂ ਕਿੱਧਰ ਹੈ ਤੇ ਦੋ ਉੱਤਰ ਉਹ ਵੇਖੋ ਸਰੀਆ ਉੱਥੇ ਇਹ ਕਿਤਰਾ ਵਿੰਗਾ ਹੋ ਗਿਆ ਵੇਖੋ ਬਾਸ ਬਲ ਲੈ ਧੁੱਪ ਵੀ ਯਾਰ ਪੂਰੀ ਕੜਾਕੇ ਦਾ ਵੇਲ ਸੋ ਵਿਦ ਗਾਈਜ਼ ਮੈਂ ਵਲੌਗਸ ਬੈਕ ਹਿਅਰ ਹੇ ਵੈਲਕਮ ਬੈਕ ਟੂ ਮਾਈ YouTube ਫੈਮਿਲੀ ਸੋ 5 ਦਿਨਾਂ ਬਾਅਦ ਫਾਈਨਲੀ ਧੁੱਪ ਵਾਲਾ ਮੌਸਮ ਨਿਕਲ ਆਇਆ ਵਾ ਵੇਖ ਸਕਦੇ ਜੇ ਬੱਦਲ ਹੁਣ ਘੱਟ ਹੀ ਆ ਤੇ ਮੈਂ ਤੇ ਇਸ ਟਾਈਮ ਸ਼ੇਰੂ ਨੂੰ ਸੈਰ ਕਰਾਉਣ ਸ਼ੇਰੂ ਵੀ ਦਿਆ ਕੋਠੇ ਤੇ ਸੈਰ ਕਰਨ ਅੱਜ ਧੁੱਪ ਲੱਗੀ ਤੇ ਕੱਪੜੇ ਆਪਾਂ ਪਾਇਆ ਬਾਹਰ ਹੁਣ ਵੇਖੋ ਸਰੀਆ ਉੱਥੇ ਇਹ ਕਿਤਰਾ ਵਿੰਗਾ ਹੋ ਗਿਆ ਵੇਖੋ ਦੇਖਣ ਲਿਆਉਣਾ ਤੁਹਾਨੂੰ ਇਹ ਕਰਕੇ ਤਾਰ ਜਿਹੜੀ ਆ ਥੋੜ੍ਹੀ ਨੀਵੀਂ ਹੋ ਗਈ ਹੈ ਇਹਨੂੰ ਮੈਂ 10 ਮਿੰਟਾਂ ਬਾਅਦ ਫਿਰ ਹੋ ਗਿਆ ਬੱਦਲ ਤੇ ਵੇਖ ਸਕਦੇ ਜੇ ਅੱਜ ਫਿਰ ਲੱਗਦਾ ਕੁਛ ਹੋਊਗਾ ਸਾਡਾ ਇਨਵੇਟਰ ਚਾਰਜ ਹੈ ਫੋਨ ਸਾਡਾ ਹੋ ਜਾਣਾ ਚਾਰਜ ਮੀਂਹ ਹਜੇ 2 ਦਿਨ ਹੋਰ ਆਉਣਾ ਆ ਮੈਂ ਤੁਹਾਨੂੰ ਥੋੜ੍ਹਾ ਦੱਸਣ ਆ ਫੋਨ ਦੇ ਦਿਆਂ ਦੱਸਣ ਅਤੇ ਫੋਨ ਦੇ ਚਿੱਤਰ ਦੱਸਿਆ ਸੀ ਮੀਂਹ ਆ ਥੋੜ੍ਹਾ ਥੋੜ੍ਹਾ ਤਾਂ ਬੱਦਲ ਆ ਹਜੇ 2 ਦਿਨ ਹੋਰ ਹੈਗਾ ਆ ਮੋਟਰਸਾਈਕਲ ਦਾ ਵੀ ਹਾਲ ਵੇਖੋ ਯਾਰ ਕਿੰਨਾ ਗੰਦਾ ਹੋਇਆ ਵਾ ਇਹਨੂੰ ਮੈਂ ਧੋਣ ਦੀ ਸੋਚਣ ਡਿਆ ਹਾਂ ਪਰ ਹੁਣ ਫਿਰ ਬੱਦਲ ਕਰਕੇ ਨਹੀਂ ਧੋ ਸਕਦਾ ਇਹਨੂੰ ਮੈਂ ਵੇਖੋ ਯਾਰ ਇਹ ਮੀਂਹ ਕਰਕੇ ਹੋਇਆ ਗੰਦਾ ਸਾਰਾ ਇਹਨੂੰ ਵੀ ਧੋਣਾ ਮੰਮੀ ਟਾਈਮ ਹੋਇਆ ਵਾ 9:15 ਉਹਦੇ ਪਿੱਛੇ ਵੇਖ ਲਿਆ ਹੋਣਾ ਵਾ ਫਿਰ ਉਹਦੀ ਸਰਵਿਸ ਦੇਈ ਅੱਜ ਹੁਣ ਕੱਲ੍ਹ ਮੈਂ ਨਹਾਤਾ ਹਾਂ ਸ਼ੇਰ ਨੂੰ ਨਹਾ ਕੇ ਤਾਂ ਕੋਠੇ 'ਤੇ ਚਾੜਤਾ ਹੁਣ ਇਹਦੀ ਹਰਕਤਾਂ ਵੇਖਣ ਵਾਲੀਆਂ ਹੋਣੀਆਂ ਵਾ ਇਹਨੇ ਹੁਣ ਬਸ ਭੁੜਕ ਹੀ ਜਾਣਾ ਵਾ ਜਦ ਤੱਕ ਸੋਕ ਨਾ ਜਾਏ ਬਸ ਬਲ ਲੈ ਆਪਣੀ ਸੰਗਲੀ ਮੂੰਹ ਦੇ 'ਚ ਪਾ ਕੇ ਪਹਿਲਾਂ ਤਾਂ ਯਾਰ ਲੱਗਾ ਸੀਗਾ ਕਿ ਬੱਦਲ ਮੀਂਹ ਆਊਗਾ ਪਰ ਫਿਰ ਆ ਗਈ ਆ ਧੁੱਪ ਧੁੱਪ ਫਿਰ ਨਿਕਲ ਆਈ ਆ ਵਧੀਆ ਵਾ ਹੁਣ ਵੇਖਦੇ ਹਾਂ ਕਿੱਧਰ ਜਾਣਾ ਥੋੜ੍ਹਾ ਬਹੁਤ ਘੁੰਮਣ ਵਗੈਰਾ ਜਾਵਾਂਗੇ ਅੱਜ ਸੋ ਸ਼ਾਇਦ ਘੁੰਮਣ ਜਾਵਾਂਗੇ ਮੈਂ ਮੋਟਰਸਾਈਕਲ ਹੁਣ ਮੈਂ ਧੋਣਾ ਕਿਉਂਕਿ ਧੁੱਪ ਆ ਗਈ ਆ ਅਤੇ ਸ਼ੇਰੂ ਫੁੱਲ ਮਸਤੀਆਂ ਨੇ 'ਚ ਮੈਨੂੰ ਇਹ ਮੈਨੂੰ ਵੱਢ ਵੱਢ ਕੇ ਜਾਣਾ ਕਿ ਹੁਣ ਮੇਰੇ ਨਾਲ ਪੰਗੇ ਲੈ ਇਸ ਤਰ੍ਹਾਂ ਹੀ ਕਰਦਾ ਹੁੰਦਾ ਵਾ ਅਤੇ ਧੁੱਪ ਵੀ ਯਾਰ ਪੂਰੀ ਕੜਾਕੇਦਾਰ ਆ ਅੱਜ ਬੱਦਲ ਵੀ ਹੈਗਾ ਵਾ ਬਾਕੀ ਯਾਰ ਆਹ ਜਿਹੜੇ ਸਪੀਕਰ ਦੇ ਦੋ ਜਿਹੜੇ ਮਿੰਨੀ ਸਪੀਕਰ ਹੁੰਦੇ ਆ ਨਾ ਜਿਹੜੇ ਛੋਟੇ ਛੋਟੇ ਹੁੰਦੇ ਆ ਸਿਰਫ ਆਵਾਜ਼ ਵਾਸਤੇ ਆ ਜਿਹੜਾ ਵੱਡਾ ਆ ਇਹ ਹੈਗਾ ਬੇਸ ਵਾਸਤੇ ਅਤੇ ਜਿਹੜੇ ਇਸ ਤਰ੍ਹਾਂ ਦੇ ਨੇ ਨਿੱਕੇ ਨਿੱਕੇ ਇਹ ਮੇਰੇ ਕੋਲ 4 ਸੀਗੇ ਅਤੇ 2 ਪਤਾ ਨਹੀਂ ਕਿੱਧਰ ਆ ਅਤੇ 2 ਉੱਤਰ ਮੇਰੇ ਕੋਲ ਹੈਗੇ 4 2 ਪਤਾ ਨਹੀਂ ਕਿੱਧਰ ਗਵਾ ਚੁੱਕੇ ਆ ਲੱਭਦਾ ਪਿਆ ਮੈਨੂੰ 4-5 ਦਿਨ ਹੋ ਗਏ ਪਰ ਮੈਨੂੰ ਨਹੀਂ ਲੱਭੇ ਸੋ ਵੇਖਦੇ ਫਿਰ ਨਵੇਂ ਹੀ ਲੈਂਦੇ ਹਾਂ ਕਿਉਂਕਿ ਉਹਨਾਂ ਫਿਰ ਆਵਾਜ਼ ਘੱਟ ਹੋਣੀ ਹੈ ਨਾ 2 ਦੇ ਨਾਲ ਅਤੇ ਅੱਜ ਹੈਗਾ ਸੰਡੇ ਅਤੇ ਅੱਜ ਜਾਣਾ ਗੁਰਦੁਆਰੇ ਮੱਥਾ ਟੇਕਣ ਮਤਲਬ ਹਰ ਸੰਡੇ ਜਾਈਦਾ ਵਾ ਅਤੇ ਏਟੀਐਮ ਤੋਂ ਥੋੜ੍ਹੇ ਜਿਹੇ ਪੈਸੇ ਕਢਾਉਣੇ ਸੀ ਪੈਸੇ ਕਢਾ ਕੇ ਲਿਆਉਂਦੇ ਹਾਂ ਮੂੰਹ ਧੋ ਲਈਏ ਪਹਿਲਾਂ ਫਿਰ ਚੱਲਦੇ ਹਾਂ ਥੋੜ੍ਹਾ ਬਹੁਤ ਇਹਨੂੰ ਸਾਫ਼ ਤਾਂ ਕਰਤਾ ਹੁਣ ਕੱਲ੍ਹ ਧੋਵਾਂਗੇ ਇਹਨੂੰ ਚੱਜ ਨਾਲ ਸ਼ੈਂਪੂ ਸ਼ੈਂਪੂ ਲਾ ਕੇ ਪੈਸੇ ਕਢਾਲੇ ਹੋ ਤੇ ਹੁਣ ਇੱਕ ਲੈਣੀ ਆ ਟੋਪੀ ਤੇ ਯਾਰ ਮਾਰਕੀਟ ਤੋਂ ਤਾਂ ਆ ਗਏ ਹੋਏ ਹਾਂ ਅਤੇ ਮੈਂ ਤਾਂ ਇਸ ਟਾਈਮ ਸ਼ੇਰੂ ਨੂੰ ਸੈਰ ਕਰਾਉਣ ਬਾਕੀ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਜਿਸ ਤਰ੍ਹਾਂ ਹੁਣ 1 ਹਫ਼ਤੇ 2 ਹਫ਼ਤੇ ਬਾਅਦ ਜਿਸ ਤਰ੍ਹਾਂ 1 ਸਬਸਕ੍ਰਾਈਬਰ ਵਧਿਆ ਅਤੇ ਇਸ ਤਰ੍ਹਾਂ ਫਿਰ ਬੰਦੇ ਨੂੰ ਮੋਟੀਵੇਸ਼ਨ ਨਹੀਂ ਮਿਲਦੀ ਡੀਮੋਟੀਵੇਟ ਹੁੰਦਾ ਬੰਦਾ ਇਸ ਤਰ੍ਹਾਂ ਅਤੇ ਮੈਨੂੰ ਮੋਟੀਵੇਸ਼ਨ ਮਿਲੂਗੀ ਮੋਟੀਵੇਸ਼ਨ ਮਿਲੂਗੀ ਤੇਰਾ ਕੰਟੈਂਟ ਜਿਹੜਾ ਤਗੜਾ ਹੋਊਗਾ ਵਧੀਆ ਹੋਊਗਾ ਕੰਟੈਂਟ ਤੁਹਾਡੇ ਵਾਸਤੇ ਜਿਹੜੇ ਤੁਸੀਂ ਐਂਟਰਟੇਨ ਹੋਵੋ ਸੋ ਪਲੀਜ਼ ਡੂ ਸਬਸਕ੍ਰਾਈਬ ਹਾਂ ਮੇਰੀ ਟੋਪੀ ਲੈ ਕੇ ਆਇਆ ਯਾਰ ਮੈਂ ਸਹੀ ਦੇ ਲੱਗਣ ਟੋਪੀ ਦਾ ਇਹ ਲਾ ਦੀ ਹੁਣ ਧੁੱਪ ਜਿਹੜੀ ਗਾਇਸ 3 ਮਰ ਚੁੱਕੇ ਨੇ ਤੁਸੀਂ ਉੱਪਰ ਵੇਖ ਸਕਦੇ ਹੋ ਅਤੇ ਹੁਣ ਮੇਰਾ ਹੈਗਾ ਨਹਾਉਣ ਦਾ ਟਾਈਮ ਅਤੇ ਪਾਣੀ ਹੋ ਚੁੱਕਿਆ ਵਾ ਗਰਮ ਨਹਾਉਣ ਤੋਂ ਬਾਅਦ ਕਰਾਂਗੇ 1 ਫੋਟੋ ਸ਼ੂਟ ਸੋ ਜਿਹੜੀ ਫੋਟੋ ਮਤਲਬ ਵਧੀਆ ਆਊਗੀ ਉਹ ਪੋਸਟ ਕਰਾਂਗੇ ਇੰਸਟਾਗ੍ਰਾਮ ਸੋ ਗਾਇਸ ਫੋਟੋ ਸ਼ੂਟ ਤਾਂ ਕਰ ਲਿਆ ਹੋਇਆ ਵਾ ਬਾਕੀ 24 ਆਵਰਸ ਹੋਣ ਹੀ ਵਾਲੇ ਆ ਸਟੋਰੀ ਪਾਈ ਨੂੰ ਕਿਉਂ ਇੰਨੇ ਵਾਲੀ ਜਿਹੜੇ ਮੈਂ ਕੁਸ਼ਚਨ ਪੁੱਛਿਆ ਸੀਗਾ ਸੋ ਨੈਕਸਟ ਤੁਹਾਨੂੰ ਪਤਾ ਵੀਡੀਓ ਕਿਉਂ ਇੰਨੇ ਵਾਲੀ ਰਹਿਣ ਵਾਲੀ ਅਤੇ ਕਿਉਂ ਇੰਨੇ ਵਾਲੀ ਤੋਂ ਬਾਅਦ ਕਿਹੜਾ ਵਲੋਗ ਆਊਗਾ ਅਗਲੇ ਵਲੋਗ ਨੂੰ ਇੱਥੇ ਕਰਦੇ ਐਂਡ ਬਾਕੀ ਕਿਉਂ ਇਹਨੇ ਵਲੋਗ ਤੋਂ ਬਾਅਦ ਕਿਹੜਾ ਵਲੋਗ ਆਊਗਾ ਇਹ ਤੁਹਾਨੂੰ ਮੈਂ ਕਿਉਂ ਇਹਨੇ ਵਾਲੇ ਵਲੋਗ ਦੇ ਐਂਡ ਦੇ ਵਿੱਚ ਦੱਸ ਦਾਂਗਾ ਸੋ ਉਹ ਵੀ ਤੁਹਾਡੇ ਵਾਸਤੇ ਬਹੁਤ ਮਤਲਬ ਕਿ ਹੈਲਪਫੁੱਲ ਵਲੋਗ ਰਹਿਣ ਵਾਲਾ ਵਾ ਤੁਹਾਡੇ ਵਾਸਤੇ ਜਿਨ੍ਹਾਂ ਨੂੰ ਮਤਲਬ ਕਿ ਚਲੋ ਇਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਜੇ ਮੈਂ ਤੁਹਾਨੂੰ ਦੱਸਦਾ ਫਿਰ ਵਲੋਗ ਦਾ ਪਤਾ ਲੱਗ ਜਾਣਾ ਵਾ ਅਤੇ ਚਲੋ ਵਲੋਗ ਨੂੰ ਇੱਥੇ ਕਰਦੇ ਐਂਡ ਵਲੋਗ ਕਿੱਦਾਂ ਲੱਗਾ
ਲਾਈਕ ਕਰਕੇ ਦੱਸਿਓ ਅਤੇ ਕਮੈਂਟ ਯਾਰ ਜ਼ਰੂਰ ਕਰ ਦਿਓ। ਕਮੈਂਟ ਨਹੀਂ ਯਾਰ ਕੋਈ ਵੀ ਕਰਦਾ, ਕਿਸੇ ਵੀ ਤੁਸੀਂ ਮੇਰਾ ਕੋਈ ਵੀ ਬਲੌਗ ਚੁੱਕ ਕੇ ਵੇਖ ਲਓ, 2 ਜਾਂ 3 ਤੋਂ ਕਮੈਂਟ ਤੋਂ ਵੱਧ ਕੋਈ ਨਹੀਂ ਹੈਗਾ, 2-3 ਕਮੈਂਟ ਤੋਂ ਵੱਧ ਕੋਈ ਮਤਲਬ ਕਮੈਂਟ ਨਹੀਂ ਕਰਦਾ, ਬਲੌਗ ਨੂੰ ਵੇਖ ਲੈਂਦੇ ਯਾਰ। ਪਲੀਜ਼ ਬਲੌਗ ਨੂੰ ਪੂਰਾ ਵੋਚ ਕਰਕੇ ਅਤੇ 1 ਕਮੈਂਟ ਜ਼ਰੂਰ ਕਰ ਲਿਆ ਕਰੋ, ਜੋ ਤੁਹਾਨੂੰ ਵੀਡੀਓ ਬਲੌਗ ਦੇ ਵਿੱਚ ਵਧੀਆ ਲੱਗਦਾ ਉਸ ਹਿਸਾਬ ਨਾਲ ਤੁਸੀਂ ਕਮੈਂਟ ਕਰ ਸਕਦੇ ਹੋ। ਦੈਨ ਮਿਲਦਾ ਗਾਇਜ਼ ਜਲਦੀ ਨੈਕਸਟ ਵਲੌਗ ਦੇ, ਟਿਲ ਦੈਨ ਟੇਕ ਕੇਅਰ, ਬਾਏ। ਗਾਇਜ਼ ਯਾਰ ਪਰ ਵੀਡੀਓ ਨੂੰ ਬਣਾਉਣ ਦੇ ਵਿੱਚ ਤੁਹਾਨੂੰ ਨਹੀਂ ਪਤਾ ਕਿੰਨੇ ਐਫਰਟਸ ਲੱਗਦੇ ਆ, ਜਿਹੜਾ ਬਣਾਉਂਦਾ ਆ ਹੈ ਨਾ, ਜਿਹੜਾ ਪਾਉਂਦਾ ਆ, ਜਿਹੜਾ ਥੰਬਨੇਲ ਐਡਿਟ ਕਰਦਾ ਆ, ਜਿੰਨੇ ਐਫਰਟਸ ਉਹਦੇ ਵਿੱਚ ਪੈਂਦੇ ਆ। ਇਹ ਇੱਕ ਵੀਡੀਓ ਦੇ ਉੱਪਰ ਜਿਹੜਾ ਯੂਟਿਊਬ ਦੇ ਉੱਪਰ ਵੀਡੀਓ ਪਾਉਂਦਾ ਹੈਗਾ ਨਾ ਐਡਿਟ ਕਰਕੇ, ਉਹਨੂੰ ਪਤਾ ਹੁੰਦਾ ਯਾਰ ਕਿੰਨੀ ਮਿਹਨਤ ਲੱਗਦੀ ਆ, ਠੀਕ ਹੈ। ਅਤੇ ਬਾਕੀ ਮੈਨੂੰ 2-2.5 ਘੰਟੇ ਲੱਗ ਜਾਂਦੇ ਆ, ਅੱਧਾ ਘੰਟਾ ਮੈਨੂੰ ਥੰਬਨੇਲ 'ਤੇ ਲੱਗ ਜਾਂਦਾ ਅਤੇ 2 ਘੰਟੇ ਮੈਨੂੰ ਵੀਡੀਓ ਐਡੀਟਿੰਗ 'ਤੇ ਲੱਗ ਜਾਂਦੇ ਆ। ਸੋ ਤੁਹਾਡਾ ਮਤਲਬ ਕਿ 2 ਸੈਕਿੰਡ ਲੱਗਣੇ ਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਕਰਨ ਦਾ।